ਉਹ ਦੋ ਐਕਟਰ ਆ ਗਿਆ ਉਹ ਭਾਈ ਦੀ ਗੱਡੀ ਜੀ ਮਾਰੀ ਬਾਅਦ ਚ ਬੈਕ ਕਰਕੇ ਤੇਰਾੜੇ ਚ ਨਾਲੇ ਚੜਿਆ ਫਿਰਦਾ ਹੈ ਇਹ ਬੜੀ ਜ਼ੋਰ ਨਾਲ ਲਿਆ ਇਹ ਕੁੜੀਆਂ ਤਗੜ ਤਗੜ ਕਰਦਾ ਸੀ ਮੇਰੇ ਵਿੱਚ ਵੱਜੀ ਜਾ ਮੇਰੇ ਵਿੱਚ ਵੱਜੀ ਆ ਲੋਰ ਵੱਲੋਂ ਮੁੰਡਾ ਗਿਆ ਆ ਇਹਦਾ ਸਾਡੇ ਪੁਲਿਸ ਪਾਰਟੀ ਨੇ ਅਸੀਂ ਜੁਗਲ ਕਿਸ਼ੋਰ ਅਤੇ ਪੀ ਸੀ ਆਰ ਵਾਲਿਆਂ ਨਾਕਾ ਲਾਇਆ ਸੀ ਘਾਮਟੀ ਚੌਂਕ 'ਚ ਅਤੇ ਨਾਕੇ ਤੋਂ ਕਰੀਬ 9:30 ਦੇ ਦਰਮਿਆਨ ਬਾਜ਼ਾਰ ਬੰਦ ਕਰਕੇ ਲੋਕ ਜਿਹੜੇ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਜਾਣ ਦੀ ਤਿਆਰੀ ਸੀ ਅਤੇ ਇਹ ਗੱਡੀ ਇੱਕ i20 ਬਲੈਕ ਕਲਰ ਪਿੱਛੋਂ ਲੈ ਕੇ ਆਇਆ ਬਹੁਤ ਤੇਜ਼ ਰਫ਼ਤਾਰ ਨਾਲ ਪਹਿਲਾਂ ਪੁਲਿਸ ਪਾਰਟੀ ਨੇ ਮੈਨੂੰ ਰੋਕਿਆ ਨਹੀਂ ਰੋਕੀ ਨਹੀਂ ਉਸ ਤੋਂ ਅੱਗੋਂ ਇਹਨੇ ਫਿਰ ਉਹ ਫੁੱਟਪਾਥ 'ਤੇ ਲੱਗੇ ਉਹਨਾਂ ਦੇ ਬਿਲਕੁਲ ਹਿੱਟ ਕੀਤੀ ਜਿਹਦੇ ਨਾਲ 3 ਐਕਟਿਵਾ ਅਤੇ ਇੱਕ ਉਹ ਲੜਕਾ ਗੰਭੀਰ ਫੱਟੜ ਹੋਇਆ ਜੀ ਉਹਨੂੰ ਦਰੜਦਾ ਹੋਇਆ ਉੱਥੋਂ ਗੱਡੀ ਇਹਨੇ ਬੈਕ ਭਜਾਉਣ ਦੀ ਕੋਸ਼ਿਸ਼ ਕੀਤੀ ਫਿਰ 2-3 ਵਾਰੀ ਇਹਨੇ ਟਰਾਈ ਕਰਕੇ ਪਰ ਉਹ ਚਿਰ ਨੂੰ ਲਾਗੇ ਬਿਲਕੁਲ 10 ਗਜ਼ ਦੂਰੀ 'ਤੇ ਨਾਕਾ ਸੀ ਨਾਕੇ ਦੀ ਨਜ਼ਰ 'ਚ ਮੈਂ ਵੀ ਉੱਥੇ ਮੌਜੂਦ ਸੀ ਨਾਕੇ ਦੀ ਨਜ਼ਰ ਦੇ ਵਿੱਚ ਹੀ ਸਾਰਾ ਕੁਛ ਹੋਇਆ ਫਿਰ ਇਹਨੂੰ ਉੱਥੇ ਹੀ ਘੇਰਾਬੰਦੀ ਕਰਕੇ ਕਾਬੂ ਕਰ ਲਿਆ ਗਿਆ ਉਹ ਬੱਚੇ ਨੂੰ ਇਹ ਮਾਰ ਦੇ ਬਿਲਕੁਲ ਮਾਰ ਦੇਣ ਦੀ ਨੀਅਤ ਨਾਲ ਇਹਨੇ ਉਹਦਾ ਉੱਤੇ ਹਿੱਟ ਕੀਤੀ ਅਤੇ ਉਹ FIR ਦਰਜ ਕਰ ਲਈ ਇਹਦੀ ਅਰੈਸਟ ਪਈ ਆ ਅਤੇ ਅੱਜ ਕੋਰਟ 'ਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਵੀ ਇਹ ਰਹਿਣ ਵਾਲਾ ਹੈਗਾ ਅਰਸ਼ਪ੍ਰੀਤ ਜੀਓ ਵਾਲਾ ਪਿੰਡ ਆ ਤਰਨ ਤਾਰਨ 'ਚ ਉਹ ਇਹਦਾ ਵੈਰੀਫਾਈ ਕੀਤਾ ਜਾਏਗਾ ਵੀ ਜੰਡਿਆਲੇ ਦੇ ਵਿੱਚ ਕੀ ਕਰਨ ਆਇਆ ਕਿਵੇਂ ਆਇਆ ਦੂਸਰਾ ਇਹਦੇ ਜਦੋਂ ਪਿਛੋਕੜ ਪਤਾ ਕਰਾਇਆ ਇਹਦੀ ਕ੍ਰਿਮੀਨਲ ਹਿਸਟਰੀ ਆ ਇਹਦੇ 'ਤੇ ਇੱਕ ਬੈਂਕ ਡਕੈਤੀ ਦਾ ਤਰਨ ਤਾਰਨ ਪਰਚਾ ਅਤੇ ਇੱਕ ਡਰੱਗ ਦਾ ਵੀ ਇੱਥੇ ਹੈਰੋਇਨ ਦਾ ਪਰਚਾ ਅਤੇ ਹੁਣ ਬਰੀਕੀ ਨਾਲ ਜਾਣ ਛਾਣਬੀਣ ਕਰਾਂਗੇ ਵੀ ਇਹਦੇ ਹੋਰ ਕਿੱਥੇ ਕਿੱਥੇ ਲਿੰਕ ਨੇ ਕੀ ਹੈਗਾ ਰਾਤੀ ਕੋਈ ਇਹਦੇ ਕੋਲੋਂ ਕੁਝ ਚੀਜ਼ ਬਰਾਮਦ ਕੀਤੀ ਗਈ ਜਾਂ ਨਸ਼ਾ ਜਾਂ ਕੋਈ ਫਿਰ ਪਿਸਤਲ ਵਗੈਰਾ ਬਰਾਮਦ ਕੀਤਾ ਗਿਆ ਨਹੀਂ ਕਾਰ ਰਿਕਵਰ ਹੋਈ ਆ ਜਿਹਦੇ ਨਾਲ ਇਹ ਸਾਰਾ ਉਹਨੇ ਹਾਦਸਾ ਵਾਪਰਿਆ ਸੀ ਬਾਕੀ ਹੁਣ ਰਿਮਾਂਡ ਕਰਾਉਣੇ ਦੀ ਅਗਲੀ ਕੋਸ਼ਿਸ਼ ਕਰਾਂਗੇ ਉਹ ਵੀ ਦੋ ਐਕਟਰ ਆ ਗਿਆ ਉਹ ਭਾਈ ਦੀ ਗੱਡੀ ਮਾਰੀ ਬਾਅਦ ਚ ਬੈਕ ਕਰਕੇ ਤੇਰਾੜੇ ਚ ਨਾਲੇ ਚੜਿਆ ਫਿਰਦਾ ਹੈ ਇਹ ਬੜੀ ਜ਼ੋਰ ਨਾਲ ਲਿਆ ਇਹ ਕੁੜੀਆਂ ਤਗੜ ਤਗੜ ਕਰਦਾ ਸੀ ਮੇਰੇ ਵਿੱਚ ਵੱਜੀ ਆ ਮੇਰੇ ਵਿੱਚ ਵੱਜੀ ਆ ਲੋਰ ਵੱਲੋਂ ਮੁੰਡਾ ਗਿਆ ਆ ਉਹਦੇ ਸਾਹਮਣੇ ਬਣਾਇਆ ਗਿਆ ਕਾਟੇ ਬੋਲ ਆ ਗਿਆ